ਪੰਜਾਬੀ ਸਿੰਗਰ ਗੈਰੀ ਸੰਧੂ ਜੋ ਕਿ ਆਪਣੀ ਪਰਸਨਲ ਔਰ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਅਕਸਰ ਹੀ ਲਾਈਮਲਾਈਟ ਦੇ ਵਿੱਚ ਬਣੇ ਰਹਿੰਦੇ ਨੇ, ਹਾਲ ਫਿਲਹਾਲ ਹੀ ਉਹਨਾਂ ਦੇ ਆਸਟ੍ਰੇਲੀਆ ਟੂਰ ਦਾ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਜਿੱਥੇ ਕਿ ਸਟੇਜ ਦੇ ਉੱਤੇ ਗੈਰੀ ਦੇ ਉੱਤੇ ਇੱਕ ਬੰਦਾ ਹਮਲਾ ਕਰਦਾ ਨਜ਼ਰ ਆਇਆ ਸੀ। ਹੁਣ ਇਸ ਪੂਰੇ ਮਾਮਲੇ ਦੇ ਉੱਤੇ ਗੈਰੀ ਸੰਧੂ ਨੇ ਦਿੱਤਾ ਹੈ ਸਪਸ਼ਟੀਕਰਨ। ਮਸ਼ਹੂਰ ਗਾਇਕ ਗੈਰੀ ਸੰਧੂ ਇਸ ਸਮੇਂ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਆਸਟ੍ਰੇਲੀਆ ਟੂਰ ਦੌਰਾਨ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਸਟੇਜ ਤੇ ਪਰਫਾਰਮ ਕਰਦੇ ਨਜ਼ਰ ਆਏ ਸਨ। ਇਸ ਦੌਰਾਨ ਇੱਕ ਵਿਅਕਤੀ ਸਟੇਜ ਤੇ ਚੜ੍ਹ ਕੇ ਉਹਨਾਂ ਤੇ ਅਚਾਨਕ ਹਮਲਾ ਕਰਦਾ ਨਜ਼ਰ ਆਇਆ ਸੀ, ਜਿਸ ਤੋਂ ਬਾਅਦ ਉਸ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਗੈਰੀ ਸੰਧੂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਗਾਇਕ ਕੱਟਾ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਨੇ। ਗਾਇਕ ਨੇ ਦੱਸਿਆ ਕਿ ਇੱਕ ਸ਼ਰਾਬੀ ਸਾਈਡ ਤੇ ਖੜਾ ਸੀ ਅਤੇ ਸਾਡੇ ਕਰੂ ਦਾ ਮੁੰਡਾ ਵੀ ਉੱਥੇ ਹੀ ਖੜਾ ਸੀ, ਉਹ ਉਸ ਨੂੰ ਗਾਲਾਂ ਕੱਢ ਰਿਹਾ ਸੀ। ਗਾਇਕ ਨੇ ਅੱਗੇ ਕਿਹਾ ਕਿ ਲੜਨਾ ਹੀ ਹੈ ਤਾਂ ਬੱਦਰੀ ਗਰਾਊਂਡ ਦੇ ਵਿੱਚ ਲੜਿਆ ਕਰੋ, ਮੇਲਿਆਂ ਵਿੱਚ ਆ ਕੇ ਨਾ ਲੜੋ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਪਰਫਾਰਮੈਂਸ ਦੌਰਾਨ ਬਾਹਰੋਂ ਇੱਕ ਵਿਅਕਤੀ ਕੁਝ ਕਹਿੰਦਾ ਹੈ ਜਿਸ ਤੇ ਗਾਇਕ ਇਸ ਵਿਅਕਤੀ ਵੱਲ ਮਿਡਲ ਫਿੰਗਰ ਦਿਖਾਉਂਦੇ ਨੇ। ਇਸ ਤੇ ਇਹ ਵਿਅਕਤੀ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਅਚਾਨਕ ਸਟੇਜ ਤੇ ਚੜ੍ਹ ਜਾਂਦਾ ਹੈ, ਜਿਸ ਤੋਂ ਬਾਅਦ ਉਹ ਗਾਇਕ ਦਾ ਗਲਾ ਫੜ ਲੈਂਦਾ ਹੈ। ਇੰਨਾ ਹੀ ਨਹੀਂ, ਉਸਦੇ ਗਾਇਕ ਨਾਲ ਬਹਿਸ ਵੀ ਕੀਤੀ ਅਤੇ ਗਾਲਾਂ ਵੀ ਕੱਢੀਆਂ। ਇਸ ਤੋਂ ਬਾਅਦ ਸਟੇਜ ਤੇ ਮੌਜੂਦ ਸੁਰੱਖਿਆ ਅਤੇ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।